welcom to electronic vocational ਅੱਜ ਦੇ ਇਸ ਵੀਡੀਓ ਚ ਆਪਾਂ ਟਾਪਿਕ ਕਰਾਂਗੇ ਡੈਲਟਾ ਗਨ ਪਿਕਚਰ ਟਿਊਬ ਇੱਕ ਕਲਰ ਪਿਕਚਰ ਟਿਊਬ ਹੈ ਤਿੰਨ ਤਰ੍ਹਾਂ ਦੀਆਂ ਕਲਰ ਪਿਕਚਰ ਟਿਊਬਸ ਆਉਂਦੀਆਂ ਨੇ ਆਪਾਂ ਉਸ ਦੀ ਫਰਸਟ ਟਾਈਪ ਕਰ ਰਹੇ ਹਾਂ ਡੈਲਟਾ ਗਨ ਪਿਕਚਰ ਟਿਊਬ ਸਭ ਤੋਂ ਪਹਿਲਾਂ ਆਪਾਂ ਇਸ ਦੀ ਪਰਿਭਾਸ਼ਾ ਦੇਵਾਂਗੇ ਡੈਫੀਨੇਸ਼ਨ ਦੇਵਾਂਗੇ ਡੈਫੀਨੇਸ਼ਨ ਚ ਆਪਾਂ ਲਿਖਾਂਗੇ ਕਿ ਇਹ ਇੱਕ ਕਲਰ ਪਿਕਚਰ ਟਿਊਬ ਹੈ ਇਸਦੇ ਵਿੱਚ ਤਿੰਨ ਗਨਸ ਹੁੰਦੀਆਂ ਨੇ ਜਿਹੜੀਆਂ 120 ਡਿਗਰੀ ਦੇ ਅੰਤਰ ਨਾਲ ਇੱਕ ਟ੍ਰੈਂਗਲ ਬਣਾ ਕੇ ਇਕਵੇਲੇਟਰ ਟ੍ਰੈਂਗਲ ਬਣਾ ਕੇ ਪਲੇਸ ਕੀਤੀਆਂ ਜਾਂਦੀਆਂ ਹਨ ਰੱਖੀਆਂ ਜਾਂਦੀਆਂ ਹਨ ਇਸ ਟਿਊਬ ਦੀ ਖੋਜ ਰੇਡੀਓ ਕਾਰਪੋਰੇਸ਼ਨ ਆਫ ਅਮਰੀਕਾ ਨੇ ਕੀਤੀ ਸੀ ਡੈਫੀਨੇਸ਼ਨ ਚ ਆਪਾਂ ਇੰਨੇ ਹੀ ਲਿਖਾਂਗੇ ਕਿ ਇੱਕ ਕਲਰ ਪਿਕਚਰ ਟਿਊਬ ਹੈ ਇਸ ਚ ਤਿੰਨ ਗਨਸ ਹੁੰਦੀਆਂ ਨੇ ਤਿੰਨੋਂ ਪ੍ਰਾਇਮਰੀ ਕਲਰਸ ਲਈ ਅਲੱਗ-ਅਲੱਗ ਗਨਸ ਲੱਗੀਆਂ ਹੁੰਦੀਆਂ ਨੇ ਤਿੰਨਾਂ ਨੂੰ 120 ਡਿਗਰੀ ਦੇ ਅੰਤਰ ਨਾਲ ਇੱਕ ਇਕਵਿਲੇਟਰ ਟ੍ਰਾਇੰਗਲ ਬਣਾ ਕੇ ਰੱਖਿਆ ਜਾਂਦਾ ਹੈ ਇਸ ਦੀ ਖੋਜ ਰੇਡੀਓ ਕਾਰਪੋਰੇਸ਼ਨ ਆਫ ਅਮਰੀਕਾ ਨੇ ਕੀਤੀ ਉਸ ਤੋਂ ਬਾਅਦ ਆਪਾਂ ਇਹ ਡਾਇਗ੍ਰam ਬਣਾਵਾਂਗੇ ਡਾਇਗ੍ਰam ਦੀ ਫਿਰ ਆਪਾਂ ਲਿਖਾਂਗੇ ਬੰਤਰ ਇਸ ਦੇ ਵਿੱਚ ਇੱਕ ਇਲੈਕਟ੍ਰੋਨ ਗਨ ਹੈ ਜਿਸ ਦੇ ਵਿੱਚ ਤਿੰਨ ਪ੍ਰਾਇਮਰੀ ਕਲਰਸ ਲਈ ਵੱਖ-ਵੱਖ ਗੰਸ ਲੱਗੀਆਂ ਹੋਈਆਂ ਰੈਡ ਗ੍ਰੀਨ ਬਲੂ ਤਿੰਨਾਂ ਨੂੰ ਇਕੁਇਲੇਟਰ ਟ੍ਰਾਇੰਗਲ ਬਣਾ ਕੇ ਪਲੇਸ ਕੀਤਾ ਹੋਇਆ 120 ਡਿਗਰੀ ਦੇ ਡਿਫਰੈਂਸ ਦੇ ਨਾਲ ਇਸ ਤੋਂ ਬਾਅਦ ਇੱਥੇ ਇੱਕ ਸ਼ੈਡੋ ਮਾਸਕ ਹੈ ਸ਼ੈਡੋ ਮਾਸਕ ਦੇ ਵਿੱਚ ਹੋਲਸ ਕੀਤੀਆਂ ਹੋਈਆਂ ਨੇ ਤਾਂ ਕਿ ਇਹ ਤਿੰਨੋਂ ਬੀਮਸ ਇਕੱਠੀਆਂ ਹੋ ਕੇ ਕਨਵਰਜ ਹੋ ਕੇ ਆਸਾਨੀ ਨਾਲ ਇਸ ਹੋਲ ਚੋਂ ਪਾਰ ਹੋ ਸਕਨ ਉਸ ਤੋਂ ਬਾਅਦ ਆਪਣੀ ਹੈ ਸਕਰੀਨ ਸਕਰੀਨ ਤੇ ਤਿੰਨੋਂ ਪ੍ਰਾਇਮਰੀ ਕਲਰਸ ਦੀ ਫਾਸਫੋਰਸ ਡਾਟ ਲੱਗੇ ਹੋਏ ਨੇ ਇਸੇ ਲਈ ਇਸ ਨੂੰ ਕਿਹਾ ਜਾਂਦਾ ਹੈ ਡਾਟ ਟ੍ਰਾਇਡ ਸਕਰੀਨ ਤਿੰਨੋਂ ਕਲਰਸ ਦੇ ਸੀਕਵੈਂਸ ਦੇ ਵਿੱਚ ਰੈੱਡ ਗ੍ਰੀਨ ਬਲੂ ਡਾਟਸ ਲੱਗੇ ਹੋਏ ਨੇ ਫਾਸਫੋਰਸ ਕੋਟਿੰਗ ਕੀਤੀ ਹੋਈ ਹੈ ਜਦੋਂ ਆਪਾਂ ਬੰਤਰ ਕਰ ਲਈ ਬੰਤਰ ਤੋਂ ਬਾਅਦ ਆਪਾਂ ਲਿਖਾਂਗੇ ਵਿਧੀ ਕਿ ਟਿਊਬ ਕੰਮ ਕਿਦਾਂ ਕਰਦੀ ਹੈ ਇਲੈਕਟ੍ਰੋਨ ਗਾਂਚੋਂ ਤਿੰਨੋਂ ਕਲਰਸੀਆਂ ਬੀम्स ਨਿਕਲਦੀਆਂ ਨੇ ਇਹਨਾਂ ਬੀम्स ਨੂੰ ਕਨਵਰਜ ਕਰਕੇ ਸਰਕਟ ਲਗਾ ਕੇ ਕਨਵਰਜ ਕੀਤਾ ਜਾਂਦਾ ਇਕੱਠੇ ਕਰਕੇ ਸ਼ੈਡੋ ਮਾਸਕ ਦੇ ਇੱਕ ਹੋਲ ਚੋਂ ਪਾਸ ਕਰਾਇਆ ਜਾਂਦਾ ਪਾਸ ਕਰਨ ਤੋਂ ਬਾਅਦ ਫੇਰ ਇਹ ਅਲੱਗ-ਅਲੱਗ ਹੋ ਕੇ ਆਪਣੇ-ਆਪਣੇ ਕਲਰ ਤੇ ਟਕਰਾਂਦੀਆਂ ਨੇ ਜਿਹੜੀ ਇਹ ਸ਼ੈਡੋ ਮਾਸਕ ਹੈ ਇਹ 1 ਸੈਂਟੀਮੀਟਰ ਦੀ ਦੂਰੀ ਤੇ ਸਕਰੀਨ ਤੋਂ ਰੱਖੀ ਜਾਂਦੀ ਹੈ ਸ਼ੈਡੋ ਮਾਸਕ ਦਾ ਕੰਮ ਇਹੀ ਹੈ ਕਿ ਇਲੈਕਟ੍ਰੋਨ ਬੀਮ ਕਨਵਰਜ ਹੋ ਕੇ ਆਸਾਨੀ ਨਾਲ ਪਾਰ ਕਰਕੇ ਆਪਣੇ ਆਪਣੇ ਡਾਟ ਦੇ ਸੈਂਟਰ 'ਚ ਟਕਰਾਉਣ ਸ਼ੈਡੋ ਮਾਸਕ ਨੂੰ ਯੂਜ਼ ਹੀ ਇਸ ਲਈ ਕੀਤਾ ਜਾਂਦਾ ਹੈਗਾ ਤਾਂਕਿ ਜਿਹੜੀ ਇਲੈਕਟ੍ਰੋਨ ਬੀਮ ਹੈ ਉਹ ਆਪਣੇ ਡਾਟ ਦੇ ਸੈਂਟਰ 'ਚ ਟਕਰਾਏ ਤਾਂਕਿ ਸਾਨੂੰ ਪਿਓਰ ਕਲਰ मिल सके इस ਤੋਂ ਬਿਨਾਂ ਆਪਾਂ ਇਸ ਦੀ ਗੱਲ ਕਰਦੇ ਆਂ ਪਿਓਰਿਟੀ ਐਂਡ ਕਨਵਰਜੈਂਸੀ ਜੇ ਆਪਾਂ ਕਲਰ ਪਿਓਰਿਟੀ ਚੈੱਕ ਕਰਨੀ ਹੋਵੇ ਸਪੋਜ਼ ਆਪਾਂ ਦੋ ਗੰਸ ਬੰਦ ਕਰ ਦਈਏ ਗ੍ਰੀਨ ਐਂਡ ਬਲੂ ਓਨਲੀ ਰੈੱਡ ਆਨ ਹੈ ਰੈੱਡੀ ਇੱਥੋਂ ਪਾਸ ਹੋਏਗੀ ਰੈੱਡੀ ਡਾਟ ਤੇ ਟਕਰਾਏਗੀ ਤਾਂ ਸਕਰੀਨ ਸਾਨੂੰ ਕੀ ਨਜ਼ਰ ਆਏਗੀ ਰੈੱਡ ਅਗਰ ਅਸੀਂ ਤਿੰਨੋਂ ਬੀਮਸ ਆਫ ਕਰ ਦਈਏ ਕੋਈ ਵੀ ਕਲਰ ਨਹੀਂ ਟਕਰਾਊਗਾ ਸਕਰੀਨ ਤੇ ਤਾਂ ਸਕਰੀਨ ਕੀ ਹੋ ਜਾਊਗੀ ਬਲੈਕ ਅਗਰ ਅਸੀਂ ਤਿੰਨੋਂ ਬੀम्स ਆਨ ਕਰ ਦਈਏ ਇੱਥੋਂ ਪਾਸ ਹੋ ਕੇ ਜਾਣਗੀਆਂ ਸਕਰੀਨ ਤੇ ਟਕਰਾਨਗੀਆਂ ਸਕਰੀਨ ਕੀ ਹੋਜੂਗੀ ਵਾਈਟ ਇੱਥੇ ਜਿਹੜੇ ਤਿੰਨ ਪ੍ਰਾਇਮਰੀ ਕਲਰ ਨੇ ਇਹਨਾਂ ਦੇ ਐਮਪਲੀਟਿਊਡ ਨੂੰ ਵੇਰੀ ਕਰਕੇ ਡਿਫਰੈਂਟ ਕਲਰਸ ਇੱਥੇ ਪੈਦਾ ਕੀਤੇ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਪਿਉਟੀ ਐਂਡ ਕਨਵਰਜੈਂਸ ਦੀ ਇਹ ਜਿਹੜੀਆਂ ਬੀम्स ਨੇ ਇਹਨਾਂ ਨੂੰ ਹਾਰੀਜ਼ੋਂਟਲ ਤੇ ਵਰਟੀਕਲ ਡਿਫਲੈਕਸ਼ਨ ਕੋਇਲ ਨਾਲ ਡਿਫਲੈਕਟ ਕੀਤਾ ਜਾਂਦਾ ਤਾਂ ਕਿ ਇਹ ਆਸਾਨੀ ਦੇ ਨਾਲ ਸਾਨੂੰ ਪਿਓਰ ਕਲਰ ਦੇ ਸਕਣ ਪਿਓਰ ਕਲਰ ਤਾਂ ਹੀ ਪ੍ਰਾਪਤ ਹੋਏਗਾ ਅਗਰ ਇਹ ਇਲੈਕਟ੍ਰੋਨ ਬੀਮ ਆਪਣੇ ਆਪਣੇ ਹੀ ਕਲਰ ਦੇ ਡਾਟ ਦੇ ਸੈਂਟਰ 'ਚ ਟਕਰਾਈਗੀ ਔਰ ਇਸ ਤੇ ਵਾਸਤੇ ਇੱਕ ਪਿਓਰਟੀ ਮੈਗਨੇਟ ਵਰਤਿਆ ਜਾਂਦਾ ਹੈ ਪਿਓਰਟੀ ਮੈਗਨੇਟ ਨੂੰ ਸੈੱਟ ਕਰਕੇ ਅਸੀਂ ਇਹ ਸੈਟਿੰਗ ਨੂੰ ਹੋਰ ਵਧੀਆ ਬਣਾ ਸਕਦੇ ਹਾਂ ਤਾਂਕਿ ਇਹ ਬੀਮਸ ਇਕੱਠੀਆਂ ਹੋ ਕੇ ਕਨਵਰਜ ਹੋਣ ਪਹਿਲਾਂ ਕਨਵਰਜੈਂਸ ਸਿਸਟਮ ਲੱਗਿਆ ਹੁੰਦਾ ਹੈ ਇਕੱਠੀਆਂ ਹੋ ਕੇ ਇੱਥੋਂ ਪਾਸ ਹੋਣ ਹੋਲ ਚੋਂ ਫਿਰ ਆਪਣੇ ਆਪਣੇ ਕਲਰ ਦੇ ਸੈਂਟਰ ਚ ਟਕਰਾਉਣ ਹੁਣ ਆਪਾਂ ਗੱਲ ਕਰਦੇ ਆਂ ਡਾਟਾ ਗੰਦੇ ਡਿਫੈਕਟਸ ਦੀ ਇਸ ਦੇ ਵਿੱਚ ਕੁਝ ਕਮੀਆਂ ਨੇ ਸਭ ਤੋਂ ਪਹਿਲੀ ਕਮੀ ਇਹ ਹੈ ਕਿ ਇਸ ਦੀ ਟ੍ਰਾਂਸਪੇਰੈਂਸੀ ਬਹੁਤ ਹੀ ਲੋ ਹੈ ਲੋ ਟ੍ਰਾਂਸਪੇਰੈਂਸੀ ਤੋਂ ਬਾਅਦ ਕਿ ਓਨਲੀ 20% ਇਲੈਕਟ੍ਰੋਨਸ ਹੀ ਸ਼ੈਡੋ ਮਾਸਕ ਨੂੰ ਪਾਸ ਕਰਕੇ ਸਕਰੀਨ ਤੱਕ ਪਹੁੰਚਦੇ ਨੇ 80% ਲਾਸਟ ਹੋ ਜਾਂਦੇ ਨੇ ਇਸੇ ਲਈ ਇਸ ਟਿਊਬ ਦੀ ਵਰਤੋਂ ਘਟ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਲੋ ਟ੍ਰਾਂਸਪੇਰੈਂਸੀ ਹੈ 20% ਇਲੈਕਟ੍ਰੋਨਸ ਪਹੁੰਚਦੇ ਨੇ 80% ਲਾਸਟ ਹੋ ਜਾਂਦੇ ਨੇ ਨੈਕਸਟ ਹੈ ਕਨਵਰਜੈਂਸ ਡਿਫਿਕਲਟ ਜਦੋਂ ਤਿੰਨੋਂ ਬੀम्स ਨੂੰ ਇਕੱਠਾ ਕਰਕੇ ਸ਼ੈਡੋ ਮਾਸਕ ਤੋਂ ਪਾਸ ਕਰਾਉਣਾ ਹੈ ਤਾਂ ਇਹ ਕਨਵਰਜੈਂਸ ਕਰਨੀ ਬਹੁਤ ਹੀ ਡਿਫਿਕਲਟ ਹੈ ਇੱਥੇ ਕਨਵਰਜੈਂਸ ਕਰਨ ਦੇ ਲਈ ਜੋ ਸਰਕਟ ਵਰਤਿਆ ਜਾਂਦਾ ਹੈ ਉਹ ਬਹੁਤ ਹੀ ਕੰਪਲਿਕੇਟਿਡ ਸਰਕਟ ਹੈ ਉਸ ਵਿੱਚ ਕਾਫੀ ਸਾਰੇ ਕੰਟਰੋਲ ਨੇ ਉਹਨਾਂ ਕੰਟਰੋਲਸ ਨੂੰ ਹੈਂਡਲ ਕਰਨਾ ਡਿਫਿਕਲਟ ਕੰਮ ਹੈ ਕਨਵਰਜੈਂਸ ਦੇ ਲਈ ਸਾਨੂੰ ਇੱਥੇ ਜਿਹੜਾ ਸਰਕਟ ਵਰਤਿਆ ਜਾਂਦਾ ਹੈ ਉਹ ਬਹੁਤ ਹੀ ਡਿਫਿਕਲਟ ਸਰਕਟ ਹੈ ਇਸ ਲਈ ਇਹ ਡੈਲਟਾ ਗੰਦੀਕ ਅਪਾ ਕਹਿ ਸਕਦੇ ਆ ਕਿ ਖਾਮੀ ਐ ਨੈਕਸਟ ਇਹ ਐ ਕਿ ਤਿੰਨੋਂ ਬੀਮ ਚ ਜਿਹੜੇ ਆਪਣੇ ਇਲੈਕਟ੍ਰੋਨ ਨੇ ਨਾ ਗਨਸ ਨੇ ਇਹ ਟ੍ਰਾਇੰਗਲ ਦੀ ਸ਼ੇਪ ਚ ਨੇ ਇੱਕ ਲਾਈਨ ਚ ਨਾ ਹੋਣ ਕਰਕੇ ਇਹ ਫੋਕਸ ਨਹੀਂ ਕਰ ਪਾਉਂਦੀਆਂ ਸਕਰੀਨ ਤੇ ਇਸ ਲਈ ਅਪਾ ਕਹਿ ਸਕਦੇ ਆ ਇਸ ਦੀਆਂ 3 ਡਿਫਿਕਲਟੀਜ਼ ਨੇ 1 ਇਸ ਇੱਕ ਲਾਈਨ ਚ ਨਾ ਹੋਣ ਕਰਕੇ ਫੋਕਸ ਨਹੀਂ ਸਹੀ ਹੁੰਦਾ ਦੂਸਰਾ ਟ੍ਰਾਂਸਪੇਰੈਂਸੀ ਲੋ ਐ ਤੀਸਰਾ ਕਨਵਰਜੈਂਸ ਦਾ ਸਰਕਟ ਬਹੁਤ ਹੀ ਕੰਪਲਿਕੇਟਿਡ ਐ ਸੋ ਵੇਸੀ ਡੈਲਟਾਸ ਔਨ ਪਿਕਚਰ ਟਿਊਬ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਟਾਪਿਕ ਦੇ ਨਾਲ ਥੈਂਕ ਯੂ